बच्चों प्री प्राइमरी च तुहाडा स्वागत है। बेटा आप अज पढ़ो पंजाब सिलेबस मुताबिक की गतिविधि करांगे। गतिविधि का नाम है अपना नाम है अज अखर ते कूदना। गतिविधि का नाम है अखर ते कूदना। की है बेटा? अखर ते कूदना। वेरी गुड। अखर तुहाडे सामने पाए हुए ने कुछ फर्श उपर, ते ए अखरां दी पहचान करनी है। उन्दे अखरां दे उपर जंप लाना है, दौड़ के ऊपर छलांग लगानी, यानी कि जंप लाना है भी केड़ा अक्षर है। ठीक है, एक एक मैं पूछांगी तो तुसी दसना। जिन्ने भी घर च बच्चे बैठे ने ये गतिविधि ध्यान नाल देखना है ते करना है। ठीक है, पहला तुहाडे सामने डिंपल करेगी, उस तो बाद कशिश करेगी। पहला डिंपल करेगी, डिंपल सब तो पहला करेगी ये गतिविधि। ते बच्चों ध्यान नाल तुसी ये घर विच वेख के ये अक्षरां दी पहचान करनी है। ठीक है बच्चों, गुड। गग्गा गंबले ते कूदो, छलांग लगाओ, जंप, वेरी गुड। हुण तुसा मम्मा मोर ते कूदो, शाबाश, वेरी गुड। डिंपल नूं पूरे अक्षरां दी पहचान हो चुकी है। हुण तुहाडे सामने कशिश करेगी गतिविधि। चलो गतिविधि, कशिश बेटा, गग्गा गंबले ते कूदो, वेरी गुड। किन्ना सोहना कूदी है, वेरी गुड। ससा सेब ते कूदो, वेरी गुड, गुड। हाहा हाथी ते कूदो, वेरी गुड। मम्मा मोर ते कूदो, वेरी गुड। एने बहुत ही वधिया जंप लगाया है, शाबाश। बच्चों तुसी दोनों बच्चों नूं देख के ये गतिविधि करनी है, ते नाले अक्षरां दी पहचान करनी है। नाले दोनों ने बहुत ही सोहना किया। हुण आपां एक होर आपां दोनों दे एक जंप लगवा के देखने इन्हां नूं। ठीक है, हुण डिंपल गग्गा गंबले ते कूदेगी, ते कशिश हाहा हाथी ते कूदेगी। चलो कूदो, शाबाश। डिंपल गग्गा गमले ते कूदे, हाँ कशिश बेटा हाहा हाथी ते कूदो, वेरी गुड। एना दोनों नूं हुण पूरी पहचान हो चुकी है, ते आपां हुणे अगे होर अगे गतिविधि करांगे। नाल एक होर छोटी जी अपनी एक गतिविधि आई हुई है, वह भी नाल आपां अज करांगे। बेटा डिंपल बेटा, कशिश बेटा, आसमान कित्थे हुंदा है? उपर। कित्थे हुंदा आसमान? ते आसमान दा केड़ा रंग हुंदा है? ब्लू। नीला रंग, वेरी गुड। केड़ा हुंदा है? ब्लू। ते नीले रंग दा। ते आसमान ते तारे कदों निकलदे हन? रात नूं। रात नूं। कदों निकलदे ने? रात नूं। रात नूं, वेरी गुड। हवाई जहाज कित्थे चलदा है? उपर। आसमान ते कित्थे? ਉੱਪਰ ਚਲਦਾ ਹੈ, ਵੈਰੀ ਗੁੱਡ। ਹੁਣ ਇਹ ਪਤਾ ਲੱਗ ਗਿਆ ਨਾ ਆਪਾਂ ਨੂੰ, ਤਾਂ ਆਸਮਾਨ ਕਿਵੇਂ ਹੁੰਦਾ? ਨੀਲੇ ਰੰਗ ਦਾ। ਕੀ ਹੁੰਦਾ ਹੈ? ਨੀਲੇ, ਜਿਹੜਾ ਤੁਸੀਂ ਬਲੂ ਵੀ ਕਹਿੰਦੇ ਹੋ। ਹੁਣ ਬਲੂ ਰੰਗਾਂ ਦੀ ਆਪਾਂ ਪਹਿਚਾਣ ਵੀ ਕਰਾਂਗੇ, ਵੀ ਆਪਣੇ ਘਰ 'ਚ ਕਿਹੜੇ ਕਿਹੜੇ ਰੰਗ ਦੀਆਂ ਬਲੂ ਹੈਗੀਆਂ ਨੇ ਚੀਜ਼ਾਂ। ਠੀਕ ਹੈ, ਨਾਲ ਆਪਾਂ ਇਹ ਵੀ ਕਰਾਂਗੇ। ਅੱਛਾ ਬੱਚਿਓ, ਨਾਲ ਕਰਦੇ ਹਾਂ। ਹਾਂਜੀ ਬੱਚਿਓ, ਆਪਾਂ ਆਸਮਾਨ ਨੀਲੇ ਰੰਗ ਦਾ ਕੀਤਾ ਸੀ ਨਾ ਆਪਾਂ, ਤੇ ਅੱਜ ਹੁਣ ਨੀਲੇ ਰੰਗ ਦੀਆਂ ਬਲੂ ਰੰਗ ਦੀਆਂ ਵਸਤੂਆਂ ਵੀ ਪਹਿਚਾਣਾਂਗੇ, ਵੀ ਕੀ ਚੀਜ਼ਾਂ ਘਰ 'ਚ ਖੜੋਣੇ ਜਾਂ ਕੋਈ ਹੋਰ ਵੀ ਚੀਜ਼ਾਂ ਹੈਗੀਆਂ ਨੇ। ਬੱਚਿਓ ਤੁਸੀਂ ਵੀ ਧਿਆਨ ਨਾਲ ਘਰ 'ਚ ਦੇਖਣਾ ਹੈ। ਚਲੋ ਆਪਾਂ ਸਟਾਰਟ ਕਰਨੇ। ਡਿੰਪਲ ਤੇ ਕਸ਼ਿਸ਼ ਬੇਟਾ, ਜਿੰਨੇ ਵੀ ਬਲੂ ਕਲਰ ਤੇ ਨੀਲੇ ਰੰਗ ਦੀ ਚੀਜ਼ਾਂ ਨੂੰ ਅਲੱਗ ਅਲੱਗ ਕਰੋ ਇਹਨਾਂ ਵਿੱਚੋਂ। ਸ਼ਾਬਾਸ਼, ਆਪਣਾ ਆਪਣਾ ਨੀਲੇ ਰੰਗ ਦੇ ਕੱਢ ਲਓ, ਵੈਰੀ ਗੁੱਡ, ਵੈਰੀ ਗੁੱਡ। ਹੋਰ ਵੀ ਲੱਭੋ ਆਰਾਮ ਨਾਲ, ਆਰਾਮ ਨਾਲ ਬੇਟਾ, ਧਿਆਨ ਨਾਲ, ਜਿਹੜੀਆਂ ਵੀ ਨੀਲੇ ਰੰਗ ਦੀ ਵਸਤੂ ਨੇ, ਵੈਰੀ ਗੁੱਡ। ਲੱਭੋ ਲੱਭੋ ਲੱਭੋ, ਸ਼ਾਬਾਸ਼, ਜਿਹੜੀ ਵੀ ਨੀਲੇ ਰੰਗ ਦੀਆਂ ਨੇ, ਗੁੱਡ ਗੁੱਡ। ਕਸ਼ਿਸ਼ ਬੇਟਾ ਹੋਰ ਵੇਖੋ, ਕਸ਼ਿਸ਼ ਬੇਟਾ ਹੋਰ ਨੀਲੇ ਰੰਗ ਦੀ ਜਿਹੜੀ ਜਿਹੜੀ ਚੀਜ਼ਾਂ ਨਾਲ ਲੱਭੋ, ਗੁੱਡ, ਸ਼ਾਬਾਸ਼। ਇੱਕ ਹੋਰ ਵੀ ਬਹੁਤ ਵੱਡੀ ਚੀਜ਼ ਹੈਗੀ ਹੈ ਤੁਹਾਡੇ ਕੋਲ ਨੀਲੇ ਰੰਗ ਦੀ, ਉਹ ਵੀ ਦੇਖੋ ਕੀ ਹੈਗਾ ਹੈ। ਦੇਖੋ ਦੇਖੋ ਧਿਆਨ ਨਾਲ, ਨੀਲੇ ਰੰਗ ਦਾ ਹੋਰ ਕੀ ਹੈਗਾ, ਦੇਖੋ ਵੱਡੀ ਸਾਰੀ ਚੀਜ਼ ਹੈ ਤੁਹਾਡੇ ਕੋਲ ਹੀ ਪਈ ਹੈ। ਚਲੋ ਬੇਟਾ ਲੱਭੋ, ਸ਼ਾਬਾਸ਼, ਕਿਹੜੀ ਕਿਹੜੀ ਨੀਲੇ ਰੰਗ ਦੀਆਂ ਨੇ ਵੇਖਣੇ ਆਪਾਂ ਕਾਊਂਟ ਕਰਕੇ, ਵੀ ਤੁਹਾਡੇ ਕੋਲ ਕਿੰਨੀਆਂ ਚੀਜ਼ਾਂ ਨੇ ਨੀਲੇ ਰੰਗ ਦੀਆਂ। ਬਲੂ ਕਲਰ ਵੇਖਾਂਗੇ ਆਪਾਂ। ਹੋਰ ਵੀ ਇੱਕ ਸਭ ਤੋਂ ਵੱਡੀ ਚੀਜ਼ ਹੈਗੀ ਹੈ, ਫਟਾਫਟ ਲੱਭੋ ਕੀ ਹੈਗਾ ਤੁਹਾਡੇ ਕੋਲ, ਵੈਰੀ ਗੁੱਡ।
ਕਸ਼ਿਸ਼ ਬੇਟਾ ਆਪਣੇ ਪਾਸੇ ਰੱਖ ਲਓ ਤੁਸੀਂ। ਹਾਂਜੀ ਹੁਣ ਹੋਰ ਵੀ ਤੁਹਾਡੇ ਕੋਲ ਨੀਲੇ ਰੰਗ ਚਾਹੀਦੇ ਨੇ, ਬਾਕੀ ਸਾਰੇ ਅਲੱਗ ਕਰ ਦਿਓ। ਹਾਂ ਇਹ ਵੀ ਹੈਗੀ, ਵੈਰੀ ਗੁੱਡ, ਇਹਦੇ 'ਚ ਵੀ ਨੀਲਾ ਰੰਗ ਹੈ, ਸ਼ਾਬਾਸ਼, ਵੈਰੀ ਗੁੱਡ ਵੈਰੀ ਗੁੱਡ 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 ਗੁੱਡ। ਚਲੋ ਹੁਣ ਆਪਾਂ ਕਾਊਂਟ ਕਰਦੇ ਹਾਂ। ਅੱਛਾ ਬੱਚੋ ਤੁਸੀਂ ਹੁਣ ਜਿਹੜੇ ਨੀਲੇ ਰੰਗ ਦੇ ਤੁਹਾਡੇ ਕੋਲ ਹੈਗੇ ਨਾ, ਉਹਨੂੰ ਗਿਣੋ ਵੀ ਕਿੰਨੀਆਂ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਨੇ। ਸ਼ਾਬਾਸ਼, ਪਹਿਲਾ ਡਿੰਪਲ। ਹਾਂ ਫੋਰ ਫਾਈਵ ਸਿਕਸ ਸੈਵਨ ਏਟ ਨਾਈਨ ਟੈਨ ਇਲੈਵਨ ਟਵੈਲਵ ਥਰਟੀਨ ਪੰਦਰਾਂ ਚੀਜ਼ਾਂ ਡਿੰਪਲ ਕੋਲ ਨੇ, ਵੈਰੀ ਗੁੱਡ। ਹੁਣ ਕਸ਼ਿਸ਼ ਵੀ ਬੇਟਾ ਗਿਣੋ ਤੁਸੀਂ ਕਿੰਨੀਆਂ ਚੀਜ਼ਾਂ ਤੁਹਾਡੇ ਕੋਲ। ਟੋਕਰੀ ਵੀ ਗਿਣੋ, ਬਾਸਕਿਟ ਨਾਈਨ, ਵੈਰੀ ਗੁੱਡ। ਕਸ਼ਿਸ਼ ਕੋਲ ਨਾਈਨ ਚੀਜ਼ਾਂ ਨੇ ਤੇ ਡਿੰਪਲ ਕੋਲ ਫਿਫਟੀਨ ਪੰਦਰਾਂ ਚੀਜ਼ਾਂ ਨੇ, ਵੈਰੀ ਗੁੱਡ, ਸ਼ਾਬਾਸ਼। ਬੱਚਿਓ ਤੁਸੀਂ ਵੀ ਘਰੇ ਜਿੰਨੇ ਵੀ ਵਸਤੂਆਂ ਨੀਲੇ ਰੰਗ ਦੀਆਂ ਨੇ ਪਹਿਚਾਣ ਕਰਨੀ ਹੈ ਤੇ ਅੱਜ ਗਤੀਵਿਧੀ ਜ਼ਰੂਰ ਕਰਨਾ। ਬੱਚਿਓ ਹੁਣ ਇਹਨਾਂ ਨੂੰ ਬੱਚੇ ਨੂੰ ਬਾਏ ਬਾਏ ਕਰੋ, ਬਾਏ।